ਸੁਨੀਲ ਜਾਖੜ ਨੇ ਪਿਛਲੀ ਸਰਕਾਰ ਵੇਲੇ ਬਹਿਬਲ ਕਲਾਂ ਗੋਲੀ ਕਾਂਡ ਤੇ ਐਸਜੀਪੀਸੀ ਦੇ ਸਟੈਂਡ ਤੇ ਸਵਾਲ ਚੁੱਕੇ ਤਾਂ ਬਡੂੰਗਰ ਨੇ ਸਫਾਈ ਦਿੱਤੀ ਕਿ ਮਾਮਲਾ ਸੀਬੀਆਈ ਕੋਲ ਹੈ, ਇਸ ਮਾਮਲੇ ਤੇ ਉਹ ਜ਼ਿਆਦਾ ਨਹੀਂ ਬੋਲ ਸਕਦੇ। ਨਹੀਂ, ਬੇਨਤੀ ਕਰੂੰਗਾ ਕਿ ਅਗਰ ਬਡੂੰਗਰ ਸਾਹਿਬ ਵਾਕਿਆ ਪੰਥ ਦੇ ਰਖਵਾਲੇ ਦੇ ਤੌਰ 'ਤੇ ਇੰਨਾ ਉਹਨਾਂ ਦਾ ਜਿਹੜਾ ਦਿਲ ਹੈ ਉਹਦੇ 'ਤੇ ਇੰਨੀ ਘਾਤ ਪਹੁੰਚੀ ਹੈ ਤਾਂ ਉਹਨਾਂ ਨੂੰ ਜਾ ਕੇ ਜਿਹੜਾ ਕਮਿਸ਼ਨ ਬਣਾਇਆ ਕੈਪਟਨ ਅਮਰਿੰਦਰ ਸਿੰਘ ਜੀ ਨੇ, ਜਿਹੜੀ ਗੋਲੀ ਚੱਲੀ ਸੀ ਬਹਿਬਲ ਕਲਾਂ ਦੇ ਵਿੱਚ, ਜਿੱਥੇ ਇਸੇ ਅਕਾਲੀ ਸਰਕਾਰ ਨੇ ਸਮਾਰਕ ਬਣਾਇਆ, ਦੋ ਸਿੰਘ ਸ਼ਹੀਦ ਹੋਏ ਸੀਗੇ, ਉਸ ਕਮਿਸ਼ਨ ਦੇ ਅੱਗੇ ਉਹਨਾਂ ਜੱਜ ਸਾਹਿਬ ਕੋਲ ਜਾ ਕੇ ਕਹਿਣ ਵੀ ਜਿਸ ਸਰਕਾਰ ਨੇ ਜਿਹਨੇ ਗੋਲੀ ਚਲਾਈ ਸੀ ਉਹਨੂੰ ਫਾਂਸੀ ਦਿੱਤੀ ਜਾਵੇ ਤਾਂ ਪਤਾ ਲੱਗੂਗਾ ਵੀ ਕਿੰਨਾ ਕੁ ਉਹਨਾਂ ਦੇ ਦਿਲ ਨੂੰ ਠੇਸ ਪਹੁੰਚੀ ਹੈ। ਉਦੋਂ ਕਿਸੇ ਨੇ ਆਵਾਜ਼ ਨਹੀਂ ਉਠਾਈ, ਉਦੋਂ ਆਵਾਜ਼ ਉਠਾਉਣ ਵਾਲੇ ਕੈਪਟਨ ਅਮਰਿੰਦਰ ਸੀਗੇ। ਜਿਹੜਾ ਨਾ ਮੈਂ ਦੱਸਦਾ ਉਹ ਆਹ ਜਿਹੜੀ CBI ਉਹਦੀ ਇਨਕੁਆਇਰੀ ਕਰ ਰਹੀ ਆ, ਕਾਨੂੰਨ ਅਨੁਸਾਰ ਜਿਹੜਾ ਕੇਸ ਰਜਿਸਟਰ ਹੋ ਗਿਆ ਉਹ ਸਬ ਜੁਡੀਸ ਹੋ ਜਾਂਦਾ। ਸਬ ਜੁਡੀਸ ਹੋਣ ਤੋਂ ਕੇਸ ਦੇ ਬਾਰੇ ਆਪਾਂ ਕੋਈ ਟਿੱਪਣੀ ਕਰ ਸਕਦੇ, ਕਿਉਂਕਿ ਜਿਹੜਾ ਵੀ ਇਨਵੈਸਟੀਗੇਟਿੰਗ ਅਫਸਰ ਹੈ ਉਹਦਾ ਓਪੀਨੀਅਨ ਇਨਫਲੂਐਂਸ ਹੁੰਦਾ, ਇਸ ਲਈ ਉਹਦੇ ਮੈਂ ਇਸ ਕਰਕੇ ਟਿੱਪਣੀ।